ਪਰਦੀ ਚਲ ਠੀਕ ਚਲੀ ਰਿਹਾ ਇਹ ਆ ਰਹੇ ਅੰਦਰ ਵਾਹ ਥੋੜ੍ਹਾ ਤੰਦੂਰ ਆਇਆ ਨੀ ਗਿਆ ਕਿਹੜਾ ਕਿਹੜਾ ਨਾਨ ਲੱਭਣਾ ਜੀ ਇੱਥੋਂ ਇੱਥੇ ਸਾਦਾ ਨਾਨ ਵੀ ਲੱਭਣਾ ਆਲੂ ਵਾਲਾ ਨਾਨ ਲੱਭਣਾ ਰੋਗਨੀ ਨਾਨ ਅਤੇ ਲਾਲਾ ਕੁਲਚਾ ਹਾਂ ਜੀ ਬਿਸਮਿਲ੍ਲਾ ਰਹਿਮਾਨ ਰਹੀਮ ਅਸਲਾਮ ਵਾਲੇਕੁਮ ਮੈਂ ਯੂਟੀਊਬ ਫੈਮਲੀ ਉਮੀਦ ਕਰਦਾ ਕਿ ਸਾਰੇ ਭੈਣ ਭਰਾ ਠੀਕ ਠਾਕ ਸੋ ਲੈ ਤਾਂ ਜੋ ਹਿਮਾਨ ਸੋਸਾਂ ਤੱਕ ਆਪਣਾ ਫੈਮਲੀ ਯੂਟੀਊਬ ਦੇਸੀ ਫੂਡ ਮਸਵਾਸਾਂ ਨਾਲ ਮਿਜ਼ਬਾਨ ਗੁਲਾਮ ਸਵਾਸਾਂ ਹਿਮੇ ਦੀ ਆਦਰਾ ਜੀ ਬਾਕੀ ਸਾਡਾ ਟਾਈਟਲ ਪੜ੍ਹਨਾ ਸੀ ਸ਼ਾਰਟ ਦੇ ਕਲਿੱਪਾਂ ਤੱਕੇ ਸਨ ਅੱਜ ਪਹਿਲੇ ਜੀ ਸਾਡੇ ਘਰ ਕੋਈ ਲੈਂਡਰ ਕੋਈ ਨਿੱਕਾ ਦਾ ਸੈਟ ਬਣਾਇਆ ਸੀ ਮੈਂ ਸੋਚਿਆ ਕਿ ਆਪਣੇ ਭੈਣ ਭਰਾਵਾਂ ਦੇ ਸੀਜ਼ਨਾਂ ਕਲੰਡਰ ਕਿਸ ਤਰ੍ਹਾਂ ਪੈਣਾ ਮਸ਼ੀਨਾਂ ਨਾਲ ਬਾਕੀ ਉਮੀਦ ਕਰਦਾ ਕਿ ਆਈ ਨਹੀਂ ਸੀ ਵੀਡੀਓ ਪਸੰਦ ਸੀ ਅਗਰ ਪਸੰਦ ਤਾਂ ਲਾਈਕ ਕਰਨਾ ਕਮੈਂਟ ਕਰਨਾ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰੋ ਸਾਥ ਬਣ ਕੇ ਬਤਾ ਤਾਂ ਕਿਸਾਂ ਕੀ ਨਵੀਂ ਵੀਡੀਓ ਲੱਭਣੀ ਵਾ ਬਾਕੀ ਇਨਸ਼ਾ ਅੱਲਾਹ ਮੁਕੰਮਲ ਵੀਡੀਓ ਬਣਾ ਸਾਂ ਲੈਂਡਰ ਕਿਸ ਤਰ੍ਹਾਂ ਪੈਣਾ ਕਿਆ ਕੋਈ ਇੰਤਜ਼ਾਮ ਹੈ ਕਿਆ ਸਿਸਟਮ ਕੀ ਹੈ ਕਿ ਨਹੀਂ ਰੋਟੀ ਖਿਲਾ ਸਾਂ ਉਹ ਵੀ ਇਨਸ਼ਾ ਅੱਲਾਹ ਕਲਿੱਪ ਐਡ ਕਰ ਸਾਂ ਬਾਕੀ ਸਾਂ ਵੀਡੀਓ ਇੰਜੋਏ ਕਰੋ ਜੀ ਤੱਕੋ ਲੈਂਡਰ ਕਿਸ ਤਰ੍ਹਾਂ ਪੈਣਾ ਆਈ ਜੀ ਜੀ ਅੱਜ ਪੈ ਰਿਹਾ ਜੀ ਲੈਂਡਰ ਮਾਸ਼ਾਅੱਲਾ ਜੀ ਤੱਕੋ ਜੀ ਸਾਰੇ ਭਰਾ ਲੱਗੇ ਵੀ ਜੀ ਲੈਂਡਰ ਇਸ ਟਾਈਮ ਬਾਈ ਰੇ ਚਲੋ ਨਿਕਲ ਜਾਂਦੇ ਨਾ ਯੂਟਿਊਬ ਯੂਟਿਊਬ ਤਾਂ ਨਾ ਕਿਹਾ ਜੀ ਨਹੀਂ ਮੁਸਤਫਾ ਡਡਿਆਲ ਕਿਆ ਬਾਤ ਹੈ ਜੀ ਕਿਆ ਬਾਤ ਲੋਟ ਯਾਰ
ਇਹਦੇ ਨਾਲ ਭਾਈ ਰਾਂਝੇ ਨਾਲ ਜੀ ਠੇਕਦਾਰਾਂ ਨਾਲ ਪੌੜੀਆਂ ਬਣਾਈਆਂ ਜੀ। ਹਾਂ ਬਾਤ ਹੈ ਜੀ। ਬਾਕੀ ਇਸ ਟਾਈਮ ਅਸਾਂ ਰੋਟੀਆਂ ਲਵਾਈ ਰਹੇ ਜੀ। ਮੈਂ ਚਲੋ ਰੋਟੀਆਂ ਲਵਾਈ ਲਾਂ ਭਾਈ ਯਾਰ ਤੰਦੂਰਾ ਬਣਾਉਣਾ ਵੀ। ਉਹ ਜੀ ਕੀ ਹਾਲ ਹੈ ਜੀ ਹਰੀ ਤੈ? ਲਓ ਜੀ ਰੋਟੀਆਂ। ਬਾਕੀ ਜੀ ਗਰਮ ਗਰਮ ਰੋਟੀ ਲੱਗੀ ਰਹੀ ਇਸ ਟਾਈਮ। ਬਾਕੀ ਤਾਂ ਸਾਰੇ ਸੂਫੀ ਸਾਹਿਬ ਰੋਟੀ ਲਾਏ ਰਹੇ। ਕਿਆ ਬਾਤ ਹੈ ਜੀ। ਵਾਹ ਜੀ ਵਾਹ। ਕਿੰਨੀਆਂ ਰੋਟੀਆਂ ਲੈਣੀਆਂ ਜੀ ਤੰਦੂਰੇ 'ਚ? ਹੈ ਸੂਫੀ ਸਾਹਿਬ ਕਿੰਨੀਆਂ ਰੋਟੀਆਂ ਲੱਗਣੀਆਂ ਜੀ? 60? ਕਿਆ ਬਾਤ ਹੈ ਜੀ, 60 ਰੋਟੀਆਂ ਲੱਗ ਜਾਣੀਆਂ ਜੀ ਤੰਦੂਰਾਂ ਦੇ ਅੰਦਰ ਹੈ ਜੀ। ਅਤੇ ਰੋਟੀ ਸਾੜੀ ਜਾਣਾ ਤਿਆਰ ਹੈਗੀ ਆ। ਤਕਰੀਬਨ 11:30 ਟਾਈਮ ਹੈ, 12 ਮਿੰਟ ਟਾਈਮ ਦਿੱਤੇ ਨੇ ਜੀ। ਅਸਲਾਮ ਵਾਲੇਕਮ ਜੀ, ਕੀ ਹਾਲ ਹੈ ਜੀ? ਸਿਹਤ ਕੈਸੀ ਹੈ ਹਰੀ ਤੈ? ਕਾਰੋਬਾਰ ਜੀ ਠੀਕ ਚੱਲੀ ਰਿਹਾ? ਇਹ ਆ ਰਹੇ ਅੰਦਰ ਵਾਹਿਦ ਸੋਹਣਾ ਤੰਦੂਰ ਹੈ ਜੀ। ਕਿਆ ਕਿਹੜਾ ਕਿਹੜਾ ਨਾਨ ਲੱਭਣਾ ਜੀ ਇੱਥੋਂ? ਮਸ਼ਹੂਰ ਬੰਦੇ ਜੀ ਸਾਡੇ ਡੱਡਿਆਂ ਲੈਂਦੇ ਤਾਂ ਕਿਸੇ ਨੂੰ ਆ ਰਹੇ ਨੇ ਤੰਦੂਰ ਹੈ ਜੀ, ਬਹੁਤ ਹੀ ਮਸ਼ਹੂਰ। ਬਾਕੀ ਆਣੇ 60 ਰੋਟੀਆਂ ਲੈਣੀਆਂ ਜੀ। ਗਰਮ ਗਰਮ ਰੋਟੀ ਲੱਗੀ ਜੀ, ਕਿਆ ਬਾਤ ਹੈ ਜੀ। ਬਹੁਤ ਪਿਆਰੀ ਖੁਸ਼ਬੂ ਹੈ ਜੀ ਇਸ ਟਾਈਮ। ਬਾਕੀ ਇਸ ਟਾਈਮ ਜਾਣਾ ਤਾਂ ਕਿਸੇ ਨਾ ਕਿ ਮਿੰਟੀ ਮਿੰਟ ਤੋਂ ਬੈਠਣੀ ਠੰਡੀ ਹਵਾ ਚਾਹੀਦੀ ਹੈ। ਬਾਕੀ ਰੋਟੀ ਸਾੜੀ ਤਿਆਰ ਹੈਗੀ ਹੈ ਜੀ। ਇਹ ਲਾਉਣੇ ਆ ਮੋਟਰਸਾਈਕਲਾਂ ਨਾਲ 100 ਰੋਟੀ ਸਾੜੀ ਪੂਰੀ ਹੈਗੀ ਹੈ ਜੀ। ਬਾਕੀ ਘਿੰਸਾਂ ਜੀ ਦੁੱਧ ਇੱਥੋਂ ਦੁੱਧ ਚਾਹੀਦਾ ਸੀ ਬਹੁਤ ਜੀ ਜਨਾਬ, 2 ਕਿਲੋ ਦੁੱਧ। ਇਹ ਸਾਡੇ ਫੈਨ, ਬਾਕੀ ਸ਼ਰਮਾਣੇ ਵਾਲੇ ਨਾ ਵੀਡੀਓ 'ਚ ਨੇ। ਸਾਡੀ ਵੀਡੀਓ ਤੱਕ ਨੇ ਲੈਣਾ ਜੀ, ਤੱਕਣੇ ਲੈਣੇ ਸਾਡੀ ਵੀਡੀਓ। ਕਿਆ ਬਾਤ ਹੈ ਜੀ, ਇਹ ਅੱਜ ਨਹੀਂ ਤੱਕੇ ਹੈ ਜੀ। 2 ਕਿਲੋ ਹੀ ਆ, ਠੀਕ ਹੋ ਗਿਆ ਜੀ। ਬਾਕੀ ਦੁੱਧ ਹੈ ਜੀ ਸਾਰਾ। ਬਾਕੀ ਜਿਹੜਾ ਮੌਸਮ ਹੈ ਜੀ, ਉਹ ਬਾਰਿਸ਼ ਦਾ ਮੌਸਮ ਬਣੀ ਗਿਆ। ਧੁੱਪ ਨਿਕਲੀ ਸੀ ਮਿੱਠੇ ਮਿੱਠੇ, ਬਾਕੀ ਹੁਣ ਜਿਹੜਾ ਬਾਰਿਸ਼ ਦਾ ਮੌਸਮ ਬਣੀ ਗਿਆ ਤਾਂ ਕਿਸੇ ਨਾਲ ਚਾਰ ਪਈ ਗਏ ਕਾਲੇ ਕਾਲੇ। ਠੇਕਦਾਰ ਜੀ ਕਹਿੰਦੇ ਬਾਰਿਸ਼ ਸੀ, ਮੌਸਮ ਬਣਦੇ ਆ ਅਲਹਮਦੁਲਿਲਾ ਜੀ, ਮਾਸ਼ਾਅੱਲਾ ਜੀ। ਲੈਂਟਰ ਪਈ ਚੁੱਕਿਆ, ਬਾਕੀ ਜਿਹੜਾ ਆਖਰੀ ਮਹੱਲੇ ਭਾਈ ਯਾਰ ਪਹੁੰਚਿਆ, ਬਾਕੀ ਮਸ਼ੀਨ ਖੁੱਲ੍ਹੀ ਇਸ ਟਾਈਮ, ਲੈਂਟਰ ਜਿਹੜਾ ਮੁਕੰਮਲ ਹੈ ਗਿਆ। ਬਾਕੀ ਲੈਂਟਰ ਪਈ ਗਿਆ ਜੀ, ਬਾਕੀ ਆਪਣੇ ਆਪਣੇ ਮਸ਼ੀਨਾਂ ਜਿਹੜੇ ਇਹਨਾਂ ਦੀਆਂ ਰੇੜੀ ਛੇੜੀਆਂ ਧੋਈ ਰਹੇ ਭਾਈ ਯਾਰ। ਮਿਹਰਬਾਨੀ, ਬਹੁਤ ਸ਼ੁਕਰੀਆ।